डिस्ट्रिक्ट अमृतसर दे विच जिहड़ा निजाम वाली पिंड है उथों दा केस है जिंदे विच जिहड़े साबका सरपंच ने स्वर्ण सिंह उन्हां नूं जिहड़े पहला मिनिस्टर पंचायती मिनिस्टर रह चुके ने हुण हाल दी घड़ी दे विच एमएलए ने कुलदीप धालीवाल ਉਹ ਸਰਵਸੰਮਤੀ ਕਰਨ ਦੇ ਵਾਸਤੇ ਜਿਹੜਾ ਦਬਾਅ ਉਹ ਪਾ ਰਹੇ ਨੇ ਉਹਦੇ ਨਾਲ ਨਾਲ ਉਹਨਾਂ ਨੂੰ ਗੈਂਗਸਟਰ ਦੀਆਂ ਧਮਕੀਆਂ ਆ ਰਹੀਆਂ ਨੇ ਕਿਉਂਕਿ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਕੁਛ ਜਿਹੜੇ ਮੈਂਬਰ ਨੇ ਉਹ ਵੀ ਇਲੈਕਸ਼ਨ ਹੁਣ ਕੰਟੈਸਟ ਕਰ ਰਹੇ ਨੇ ਸੋ ਉਸ ਪਿੰਡ ਦੇ ਵਿੱਚ ਉਸ ਤੋਂ ਬਾਅਦ ਕੀ ਹੁੰਦਾ ਕਿ ਟੋਟਲ ਜਿਹੜੇ 15 ਕੈਂਡੀਡੇਟ ਹੁੰਦੇ ਨੇ ਉਹਨਾਂ ਦੇ ਵਿੱਚੋਂ ਬਾਕੀ ਸਾਰੇ ਕੈਂਡੀਡੇਟ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ ਛੱਡ ਕੇ ਉਹਨਾਂ ਸਾਰਿਆਂ ਦੇ ਨੋਮੀਨੇਸ਼ਨ ਜਿਹੜੇ ਨੇ ਉਹ ਕੈਂਸਲ ਕਰ ਦਿੱਤੇ ਜਾਂਦੇ ਨੇ ਉਸ ਬੰਦੇ ਦੀ ਐਸੋਸੀਏਸ਼ਨ ਜਿਹੜਾ ਸਰਪੰਚ ਹੈ ਉਹਦੀ ਆਮ ਆਦਮੀ ਪਾਰਟੀ ਦੇ ਨਾਲ ਉਹਦੀ ਅਸੀਂ ਫੋਟੋਗ੍ਰਾਫ ਜਦੋਂ ਮਾਨਯੋਗ ਹਾਈ ਕੋਰਟ ਦੇ ਸਾਹਮਣੇ ਲਗਾਈਆਂ ਉਹਦੇ ਨਾਲ ਨਾਲ ਜਿਹੜੀਆਂ ਅਸੀਂ ਵੀਡੀਓਗ੍ਰਾਫ ਜਿਹੜੇ ਨੇ ਉਹ ਵੀ ਨਾਲ ਦੀ ਨਾਲ ਲਗਾਏ ਸਾਹਮਣੇ ਜਿਹਦੇ ਵਿੱਚ ਤੁਹਾਨੂੰ ਵੀ ਦਿਖਾ ਸਕਦਾ ਵਾਂ ਕਿ ਜਿਹਦੇ ਵਿੱਚ ਕੁਲਦੀਪ ਧਾਲੀਵਾਲ ਜਿਹੜੇ ਨੇ ਉਹ ਵੀ ਪ੍ਰੈਸ਼ਰ ਬਣਾਉਂਦੇ ਹੋਏ ਨਜ਼ਰ ਆ ਰਹੇ ਨੇ ਤੇ ਇਸ ਤਰੀਕੇ ਦੇ ਨਾਲ ਹੀ ਜਿਹੜਾ ਹੈ ਉਹ ਗੈਂਗਸਟਰ ਦੀਆਂ ਵੀ ਧਮਕੀਆਂ ਇਹਨਾਂ ਨੂੰ ਆ ਰਹੀਆਂ ਨੇ ਕਿ ਅਸੀਂ ਮਤਲਬ ਇਲੈਕਸ਼ਨ ਲੜਨ ਤੋਂ ਰੋਕਿਆ ਜਾ ਰਿਹਾ ਗੈਂਗਸਟਰ ਜਿਹੜਾ ਉਹ ਆਪਣੇ ਆਪ ਨੂੰ ਲੋਰੈਂਸ ਬਿਸ਼ਨੋਈ ਗਰੁੱਪ ਦੇ ਜਿਹੜੇ ਨੇ ਉਹ ਦੱਸ ਰਹੇ ਨੇ ਬਾਕੀ ਉਹਨਾਂ ਨੇ ਪੂਰਾ ਨਾਮ ਉਹਦੇ 'ਚ ਨਹੀਂ ਦੱਸਿਆ ਜਿਹੜੇ ਪਿਛਲੀ ਵੀਡੀਓ ਰਿਕਾਰਡ ਨਹੀਂ ਅਸੀਂ ਕਰ ਸਕੇ ਉਹਦੇ ਵਿੱਚ ਉਹਨਾਂ ਨੇ ਆਪਦੀ ਆਈਡੈਂਟੀਫਿਕੇਸ਼ਨ ਵਗੈਰਾ ਦੱਸੀ ਉਸ ਤੋਂ ਬਾਅਦ ਵਾਲੀ ਵੀਡੀਓ ਜਿਹੜੀ ਹੈ ਨਾ ਉਹ ਜਿਹੜੇ ਮੇਰੇ ਕਲਾਇੰਟ ਨੇ ਉਹਨਾਂ ਨੇ ਰਿਕਾਰਡ ਕੀਤੀ ਤੇ ਜਦੋਂ ਇਹ ਅਸੀਂ ਜਦੋਂ ਮਾਨਯੋਗ ਹਾਈਕੋਰਟ ਦੇ ਵਿੱਚ ਅੱਜ ਜਦੋਂ ਪਟੀਸ਼ਨਸ ਲੱਗੀਆਂ ਅਸੀਂ ਮਾਨਯੋਗ ਹਾਈਕੋਰਟ ਨੂੰ ਕਿਹਾ ਕਿ ਸਾਨੂੰ ਜਿਹੜੀ ਸੀਰੀਅਸ ਲਾਈਫ ਥਰੈਟ ਹੈ ਕਿਉਂਕਿ ਸਾਨੂੰ ਜਿਹੜੀ ਮੌਜੂਦਾ ਸਰਕਾਰ ਹੈ ਉਹਦੇ MLA ਜਿਹੜੇ ਬਹੁਤ ਹੀ ਇਨਫਲੂਐਂਸ ਪਰਸਨ ਨੇ ਜਿਹੜੇ ਇਸ ਤੋਂ ਪਹਿਲਾਂ ਜਿਹੜੇ ਮਿਨਿਸਟਰ ਰਹਿ ਚੁੱਕੇ ਨੇ ਪੰਚਾਇਤ ਵਿਭਾਗ ਦੇ ਵੀ ਉਹਦੇ ਨਾਲ ਨਾਲ NRI ਵਿੰਗ ਦੇ ਵੀ ਉਹਨਾਂ ਦੇ ਵੱਲੋਂ ਸਾਨੂੰ ਸੀਰੀਅਸ ਥਰੈਟ ਹੈ ਔਰ ਗੈਂਗਸਟਰ ਦੇ ਵੱਲੋਂ ਸਾਨੂੰ ਸੀਰੀਅਸ ਥਰੈਟ ਹੈ ਸਾਡੀ ਪਟੀਸ਼ਨ ਜਿਹੜੀ ਹੈ ਇਹਦੇ 'ਤੇ ਹੁਣੇ ਇਮੀਡੀਏਟਲੀ ਸੁਣਵਾਈ ਕਰਕੇ ਇਹਨਾਂ ਜਿਹੜੇ ਕੈਂਡੀਡੇਟ ਨੇ ਇਹਨਾਂ ਨੂੰ ਪ੍ਰੋਟੈਕਸ਼ਨ ਦਿੱਤੀ ਜਾਣੀ ਚਾਹੀਦੀ ਹੈ ਅਤੇ ਜਿਹੜੀ ਡੈਮੋਕਰੇਟਿਕ ਤਰੀਕੇ ਦੇ ਨਾਲ ਇਲੈਕਸ਼ਨ ਹੈ ਉਹਨੂੰ ਜਿਹੜਾ ਕਰਵਾਇਆ ਜਾਣਾ ਚਾਹੀਦਾ ਤਾਂ ਮਾਨਯੋਗ ਹਾਈਕੋਰਟ ਨੂੰ ਜਦੋਂ ਵੀਡੀਓ ਚਲਾ ਕੇ ਦਿਖਾਈਆਂ ਉਹਦੇ ਨਾਲ ਨਾਲ ਫੋਟੋਗ੍ਰਾਫ ਸਾਰਾ ਕੁਝ ਦਿਖਾਈਆਂ ਤੇ ਉੱਥੇ ਹੀ ਮਾਨਯੋਗ ਹਾਈਕੋਰਟ ਨੇ ਐਡਵੋਕੇਟ ਜਨਰਲ ਪੰਜਾਬ ਨੂੰ ਇਹ ਸਵਾਲ ਕੀਤਾ ਕਿ ਇਹ ਤੁਹਾਡੇ ਦੇਸ਼ ਦੇ ਰਾਜ ਦੇ ਵਿੱਚ ਕੀ ਹੋ ਰਿਹਾ ਤਾਂ ਉਸੇ ਟਾਈਮ ਜਿਹੜੇ ਮਾਨਯੋਗ ਐਡਵੋਕੇਟ ਜਨਰਲ ਸਾਹਿਬ ਨੇ ਉਹਨਾਂ ਨੇ ਹਾਈਕੋਰਟ ਬੈਂਚ ਨੂੰ ਇਹ ਆਸ਼ਵਾਸਨ ਦਿੱਤਾ ਕਿ ਅਸੀਂ ਇਹਨਾਂ ਦੀ ਜਿਹੜੀ ਪ੍ਰੋਟੈਕਸ਼ਨ ਹੈ ਉਹਦੀ ਜ਼ਿੰਮੇਵਾਰੀ ਅਸੀਂ ਲੈਂਦੇ ਹਾਂ ਅਸੀਂ ਇਹਨਾਂ ਨੂੰ ਪ੍ਰੋਟੈਕਟ ਕਰਾਂਗੇ ਤਾਂ ਮੈਨੂੰ ਪਤਾ ਲੱਗਿਆ ਕਿ ਉਹਨਾਂ ਨੇ ਜਿਹੜੇ ਕਮਿਸ਼ਨਰ ਔਫ ਪੁਲਿਸ ਅੰਮ੍ਰਿਤਸਰ ਅਤੇ SSP ਜਿਹੜੇ ਰੂਲਰ ਨੇ ਅੰਮ੍ਰਿਤਸਰ ਉਹਨਾਂ ਨੂੰ ਇਹ ਡਾਇਰੈਕਸ਼ਨਸ ਜਿਹੜੀਆਂ ਨੇ ਉਹ ਇਸ਼ੂ ਕਰ ਦਿੱਤੀਆਂ ਨੇ ਕਿ ਜਿਹੜੇ ਕਨਸਰਨ ਕੈਂਡੀਡੇਟਸ ਨੇ ਅਲੋਂਗ ਵਿਦ ਦੀ ਸਰਪੰਚ ਜਿਹੜੇ ਸਾਬਕਾ ਸਰਪੰਚ ਨੇ ਇਹਨਾਂ ਨੂੰ ਜਿਹੜੀ ਪ੍ਰੋਟੈਕਸ਼ਨ ਦਿੱਤੀ ਜਾਏ ਤਾਂ ਜੋ ਜਿਹੜਾ ਇਸ ਡੈਮੋਕਰੇਟਿਕ ਤਰੀਕੇ ਦੇ ਨਾਲ ਉਸ ਪਿੰਡ ਦੇ ਵਿੱਚ ਇਲੈਕਸ਼ਨ ਹੋ ਸਕੇ ਔਰ ਦੂਜੀ ਗੱਲ ਹੈ ਕਿ ਉਸ ਪਿੰਡ ਦੇ ਵਿੱਚ ਇਹਨਾਂ ਦੇ ਜਿਹੜੇ ਨੋਮੀਨੇਸ਼ਨ ਨੇ ਉਹ ਵੀ ਕੈਂਸਲ ਕੀਤੇ ਗਏ ਨੇ ਉਹਨਾਂ ਦੀ ਪਟੀਸ਼ਨ ਦੀ ਜਿਹੜੀ ਸੁਣਵਾਈ ਹੈ ਉਹ ਆਪਣੀ ਆਉਣ ਵਾਲੀ ਜਿਹੜੀ ਸੋਮਵਾਰ ਹੈ ਉਦਣ ਜਿਹੜੀ ਰੱਖੀ ਗਈ ਹੈ।